ਪੰਜਾਬਣੀ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ। ਟਰਾਂਸਪੋਰਟ ਮੰਤਰੀ ਬਣਨ ਮਗਰੋਂ ਅਮਰਿੰਦਰ ਸਿੰਘ ਰਾਜਾ ਵੜਿੰਗੇ ਲਗਾਤਾਰ ਹਰਕਤ 'ਚ ਨਜ਼ਰ ਆ ਰਹੇ ਨੇ। ਇਸ ਦੇ ਮੱਦੇਨਜ਼ਰ ਅੱਜ ਐਤਵਾਰ ਦੀ ਸਵੇਰ ਉਹਨਾਂ ਵੱਲੋਂ ਸਫਾਈ ਮੁਹਿੰਮ ਨੂੰ ਲੈ ਕੇ ਲੁਧਿਆਣਾ ਬੱਸ ਅੱਡੇ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਬੱਸ ਅੱਡੇ 'ਤੇ ਪਿਆ ਕੂੜਾ ਕਰਕਟ ਖੁਦ ਆਪਣੇ ਹੱਥਾਂ ਨਾਲ ਚੁੱਕਿਆ ਅਤੇ ਹੋਰ ਕੀ ਕੁਝ ਕਿਹਾ, ਆਓ ਦਿਖਾਉਂਦਿਆਂ ਤੁਹਾਨੂੰ ਪੂਰੀ ਵੀਡੀਓ। ਕਿੱਧਰ ਲਿਆ ਡਿਸਟ ਠੇਕੇਦਾਰ ਨਹੀਂ ਆ ਰਿਹਾ ਠੇਕੇਦਾਰ ਕਿਉਂਕਿ ਜਿੰਨਾ ਚਿਰ ਬਲੌਕ ਇੱਦਾਂ ਸਰ ਇਹਨਾਂ ਨੂੰ ਇੱਕ ਘੰਟੇ ਪਾਣੀ ਕਿੱਥੋਂ ਨੀ ਗਿਆ ਉਹ ਪਿੱਛੇ ਹੀ ਮੋੜਾ ਏ ਮੋੜੀ ਨਾ ਸਤਿ ਸ਼੍ਰੀ ਅਕਾਲ ਜੀ ਮੈਂ ਚਲੋ ਭਾਬੀ ਚਲੋ ਰਾਮ ਨਾਲ ਆਹ
ਆਇਆ ਹੋਇਆ ਬਿਜਲੀ ਕਰਕੇ ਤਾਂ ਬੜੀ ਵਧੀਆ ਆਜੋ ਆਜੋ ਭਾਜੀ ਬਾਹਰ ਆਜੋ ਸਨੀ ਨੂੰ ਬੁਲਾ ਲਓ ਯਾਰ ਸਨੀ ਉੱਥੇ ਹੀ ਆਉਂਦਾ ਨਹੀਂ ਜਾਂਦਾ ਬੜਾ ਨਹੀਂ ਪਿੱਛੇ ਮੁੜ ਗਿਆ ਜਦੋਂ ਸਨੀ ਨੂੰ ਮੁੜਿਆ ਯਾਰ ਸਨੀ ਮੁੜਿਆ ਕਿੱਥੇ ਆ ਆ ਖੜਾ ਸਨੀ ਤਰਾ ਜਾਨ ਦੇ ਨਾਲ ਆ ਵਾਲੋ ਵੀਨਾ ਵੀਨਾ ਬਰਕਨਾ
ਜੇ ਤੂੰ ਚੱਕਦਾ ਹੋਵੇ ਤਾਂ ਫਿਰ ਧੱਸ ਜਾ ਰਹੀ ਹੈ ਫਿਰ ਮੈਨੂੰ ਚੱਕਰ ਨਹੀਂ ਚੱਲ ਚੱਲ ਡਸਟਬਿਨ ਕਿੱਥੇ ਆ ਡਸਟਬਿਨ ਵਾਲਾ ਕਿੱਥੇ ਬਈ ਇੱਧਰ ਨਹੀਂ ਆ ਸਾਰੇ ਇੱਧਰ ਵੀ ਦਿਖਾਓ ਜੀ।